यही मेहनत करना आई जाते हैं। चलो तुम आज जो भी हैगा वा 4 फुट तक अपना शटर तो उत्ते आप ला सकते हैं, बाहर नहीं कढ़ना समान शटर तो। पर बार बार के कहने के बावजूद ये समझते नहीं इस चीज़ आने दिन असं आए हैं इन्हों तो असी बुधवार या जो भी अगला दिन होया तो असी ये हूँ इन्हों पुछना नहीं इन्हों किसी भी असी सर जो भी है असी समान लै जाना इन्हों चुक ईओ साहब एक बहुत वधिया अफसर है, बहुत वधिया जिहड़ा कि वह किसी का नुकसान नहीं करना चाहते। वो चाहते यही गल ही आ भी जे वार्निंग दे नाल कितें भी काम सही अपना हुंदा तां आपां किसी का नुकसान ना किया जाए। पर जिहड़ी असी अज आखिरली वारी असी इन्हां नूं कहण आए हां इस तों बाद असी वार्निंग नहीं देनी, लास्ट है, लास्ट है जी बस। तुसीं देख रहे हो एकता लहर न्यूज़ ते मैं हां तुहाडा अपना सुमित ढिंगड़ा। अज सेंटी इंस्पैक्टर घनश्याम जी दे नाल पूरी टीम बाजार दे विच उतरी आ ते लोकां नूं एक लास्ट वार्निंग दित्ती गई आ कि इस तों बाद सीधा पीला पंजा उतारिया जाएगा। आओ तुहानूं दिखाने आ ते गल कराने आ सेंटी इंस्पैक्टर घनश्याम जी दे नाल। ਸਰ ਇੱਦਾਂ ਵਾ ਸਾਰਾ ਪਹਿਲਾਂ ਤਾਂ ਟਿੰਗਰਾ ਸਾਹਿਬ ਤੁਹਾਡਾ ਬਹੁਤ ਬਹੁਤ ਨਮਸਕਾਰ ਵੀ ਤੁਸੀਂ ਸਾਡੀ ਨਾਲ ਸਾਡੀ ਮਦਦ ਕਰ ਰਹੇ ਹਾਂ। ਦੂਸਰੇ ਨੰਬਰ 'ਤੇ ਗੱਲ ਇੱਦਾਂ ਵਾ ਅਸੀਂ ਵਾਰ ਵਾਰ ਇਹਨਾਂ ਨੂੰ ਇਹੀ ਮਿਹਨਤ ਕਰਨ ਆਈ ਜਾਂਦੇ ਆ ਵੀ ਚਲੋ ਤੁਸੀਂ ਆ ਜਿਹੜਾ ਜੋ ਵੀ ਹੈਗਾ ਵਾ 4 ਫੁੱਟ ਤੱਕ ਆਪਣਾ ਸ਼ਟਰ ਤੋਂ ਉੱਤੇ ਆਪਾਂ ਲਾ ਸਕਦੇ ਹਾਂ, ਬਾਹਰ ਨਹੀਂ ਕੱਢਣਾ ਸਮਾਨ ਸ਼ਟਰ ਤੋਂ। ਪਰ ਇਹ ਬਾਰ ਬਾਰ ਦੇ ਕਹਿਣ ਦੇ ਬਾਵਜੂਦ ਇਹ ਸਮਝਦੇ ਨਹੀਂ ਇਸ ਚੀਜ਼ ਨੂੰ। ਸਰ ਇਹਦੀ ਗੱਲ ਤਾਂ ਤੁਸੀਂ ਪਿਛਲੇ ਵਾਰ ਵੀ ਇਹਨਾਂ ਨੂੰ ਸਮਝਾਈ ਸੀ। ਹਾਂਜੀ ਹਾਂਜੀ, ਪਰ ਸਾਡੇ ਈਓ ਸਾਹਿਬ ਕਹਿੰਦੇ ਇੱਕ ਵਾਰੀ ਇਹਨਾਂ ਨੂੰ ਮੌਕਾ ਦੇ ਦਿਓ ਹੋਰ। ਮਤਲਬ ਅੱਜ ਤੁਸੀਂ ਇਹਨਾਂ ਨੂੰ ਵਾਰਨਿੰਗ ਦੇਣ ਆਏ? ਵਾਰਨਿੰਗ ਦੇਣ ਅਸੀਂ ਆਏ ਇਹਨਾਂ ਨੂੰ ਅਤੇ ਅਸੀਂ ਬੁੱਧਵਾਰ ਜਾਂ ਜੋ ਵੀ ਅਗਲਾ ਦਿਨ ਹੋਇਆ ਜੀ ਅਤੇ ਅਸੀਂ ਇਹ ਹੁਣ ਇਹਨਾਂ ਨੂੰ ਪੁੱਛਣਾ ਨਹੀਂ ਇਹਨਾਂ ਨੂੰ ਕਿਸੇ ਨੂੰ ਵੀ, ਅਸੀਂ ਸਰ ਜੋ ਵੀ ਹੈ ਅਸੀਂ ਸਮਾਨ ਲੈ ਜਾਣਾ ਇਹਨਾਂ ਦਾ ਚੁੱਕ ਕੇ। ਠੀਕ ਹੈ ਜੀ, ਹਾਂਜੀ। ਏਰੀਆ ਕਿਹੜਾ? ਏਰੀਆ ਸਰ ਸਾਡੇ ਕੋਲ ਬੱਸ ਸਟੈਂਡ ਤੋਂ ਸ਼ੁਰੂ ਹੋਏ ਅਸੀਂ ਆਪਣੇ ਬੱਸ ਸਟੈਂਡ ਦੀ ਬੈਕ ਸਾਈਡ ਤੱਕ ਅਮਰੀਕਾ ਚੌਂਕ ਤੋਂ ਹੋ ਕੇ ਅਸੀਂ ਅੱਜ ਸਾਰਿਆਂ ਨੂੰ ਵਾਰਨਿੰਗ ਦਿੱਤੀ ਹੈ। ਨਕੋਦਰ ਦੇ ਕੋਈ ਹੋਰ ਏਰੀਆ ਵੀ ਦੇਖਣ ਜਾ ਰਹੇ ਤੁਸੀਂ? ਸਰ ਜਾਵਾਂਗੇ ਜੀ, ਸਾਡੇ ਜਿੱਦਾਂ ਸ਼ੰਕਰ ਰੋਡ, ਨੂਰਮਹਿਰ ਰੋਡ ਅਤੇ ਆਪਣਾ ਸਬਜ਼ੀ ਮੰਡੀ, ਔਰ ਅਸੀਂ ਐਮ ਸੀ ਚੌਂਕ ਤੋਂ ਲੈ ਕੇ ਦੱਖਣੀ ਅੱਡੇ ਤੱਕ ਅਸੀਂ ਸਾਰਾ ਦੇਖਾਂਗੇ। ਸਰ ਜੇ ਵਾਰਨਿੰਗ ਦੇਣ ਦੇ ਬਜਾਏ ਫੇਰ ਵੀ ਨਹੀਂ ਲੋਕ ਹਟਦੇ ਫੇਰ ਤੁਸੀਂ? ਫੇਰ ਸਰ ਅਸੀਂ ਸਮਾਨ ਜ਼ਬਤ ਕਰਾਂਗੇ ਇਹਨਾਂ ਦਾ। ਬਿਲਕੁਲ ਜੀ ਬਿਲਕੁਲ, ਜਪਤ ਦੇ ਨਾਲ ਨਾਲ ਜੋ ਸਮਾਨ ਦੇ ਨਾਲ ਅਸੀਂ ਇਹਨਾਂ ਜੋ ਵੀ ਇਹਨਾਂ ਦਾ ਚਲਾਨ ਕੱਟਾਂਗੇ ਅਸੀਂ ਇਹਨਾਂ ਦਾ। ਠੀਕ ਹੈ, ਹਾਂਜੀ। ਔਰ ਕਿਸੇ ਨੂੰ ਵੀ ਇਹ ਨਹੀਂ ਅਸੀਂ ਪੱਖ ਵਾਈ ਜਾਂ ਕੋਈ ਕਿਸੇ ਨੂੰ ਅਸੀਂ ਬਖਸ਼ਣਾ ਨਹੀਂ ਹੈਗਾ, ਜੇ ਸਾਡਾ ਕੋਈ ਸਰਕਾਰ ਦੇ ਉਲਟ ਚੱਲਦਾ ਵਾ ਨਹੀਂ ਮੰਨਦੇ ਕਹਿਣਾ ਸਾਡਾ। ਸਮਾਨ ਚੱਕਣਾ? ਹਾਂਜੀ, ਸਮਾਨ ਹੀ ਇਕੱਲਾ ਚੱਕੋਗੇ ਕਿ ਇੰਕਰੋਚਮੈਂਟ ਵੀ ਹਟਾਓਗੇ? ਸਾਰਾ ਕੁਝ ਹਟਾਵਾਂਗੇ ਜੀ ਸਰ। ਸਰ ਜੀ ਮੇਰੀ ਗੱਲ ਹੋਈ ਸੀ, ਕਹਿੰਦੇ ਉਹ ਸਾਹਿਬ ਨੇ ਕਹਿੰਦੇ ਸਾਡਾ ਕਹਿੰਦੇ ਨੋਟਿਸਾਂ ਦਾ ਟਾਈਮ ਖਤਮ ਹੋ ਚੁੱਕਾ। ਹਾਂਜੀ ਸਰ, ਚੇਤਾਵਨੀ ਦਾ ਰਿਕੁਐਸਟ ਦਾ ਸਮਾਂ ਖਤਮ ਹੋ ਚੁੱਕਾ। ਬਿਲਕੁਲ ਸਰ, ਅੱਜ ਫਿਰ ਤੁਸੀਂ ਰਿਕੁਐਸਟ ਕਰਾਂ ਸਰ ਸਾਡੇ ਦਸਲੇ ਠੀਕ ਹੋਣਾ। ਉਹ ਇਹ ਕਹਿੰਦੇ ਸੀ ਇਸ ਸੋਮਵਾਰ ਤੋਂ ਲੈ ਕੇ ਇਸ ਹਫ਼ਤੇ ਅੰਦਰ ਅੰਦਰ ਵੱਡੀ ਕਾਰਵਾਈ ਪੀਲੇ ਪੰਜੇ ਦੀ ਹੋਵੇਗੀ। हाँ मैं दसदा तुहानू उहदे बारे इह आ गल, साडे ईओ साहब एक बहुत वधिया अफसर है, बहुत वधिया जिहड़ा कि उह किसे दा नुकसान नहीं करना चाहुंदे। उह चाहुंदे इही गल ही आ भी जे वार्निंग दे नाल किते भी काम सही अपना हुंदा तां आपां किसे दा नुकसान ना कीता जावे। पर जिहड़ी असीं अज आखिरली वारी असीं इहनां नूं कहण आए हां इस तों बाद असीं वार्निंग नहीं देनी, लास्ट है, इह लास्ट है जी बस। ਕਿਉਂਕਿ ਦੇਖੋ ਤੁਹਾਡੇ ਦੋਹਰੇ ਨੋਟਸ ਵੀ ਚਲੇ ਗਏ। ਹਾਂਜੀ, ਉਸ ਤੋਂ ਬਾਅਦ ਕਿਸੇ ਕਈਆਂ ਦੁਕਾਨਦਾਰਾਂ ਨੇ ਆਪਣੇ ਗਿਣਤੀ ਦੇ ਦੁਕਾਨਦਾਰਾਂ ਨੇ ਆਪਣੇ ਕਿਤੇ ਸ਼ਟਰ ਲਾਏ ਜਾਂ ਇਨਕਰੋਚਮੈਂਟ ਹਟਾਈ। ਹਾਂਜੀ ਸਰ, ਉਹ ਤਾਂ ਚਲੋ ਵਧੀਆ ਗੱਲ ਹੈ। ਹਾਂਜੀ, ਪਰ ਜਿਹੜੇ ਕਿਤੇ ਵਾਰ ਵਾਰ ਤੁਹਾਡੇ ਕਹਿੰਦੇ ਨੋਟਿਸਾਂ ਦੇ ਨਾਲ ਦੇਣ ਦੇ ਬਾਵਜੂਦ ਤੁਹਾਡੀ ਕਹਿੰਦੇ ਆ ਰਿਕੁਐਸਟ ਕਰਨ ਦੇ ਬਾਵਜੂਦ ਵੀ ਆ ਅਤੇ ਜਸ ਕਿ ਇਹ ਸੀ ਵੀ ਲਾਸਟ ਸੀਗੀ ਜਿਹੜੇ ਕਹਿੰਦੇ ਪਛਲੀ, ਅਤੇ ਅੱਜ ਤੁਸੀਂ ਲਾਸਟ ਸਮੇਂ ਦੇ ਵੀ ਤੁਹਾਡੀ ਰਿਕੁਐਸਟ ਹੈ? ਹਾਂਜੀ ਹਾਂਜੀ, ਇਹ ਅੱਜ ਲਾਸਟ ਹੈ ਜੀ। ਸਾਡੇ ਸ਼ਰਮਾ ਸਾਹਿਬ ਦੱਸਣ ਨੇ, ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਹੈ ਵੀ ਸਾਡੇ ਈਓ ਸਾਹਿਬ ਮਾਨਯੋਗ ਸਾਡੇ ਬਹੁਤ ਵਧੀਆ ਈਓ ਸਾਹਿਬ ਆ, ਨਗਰ ਕੌਂਸਲ ਨੂੰ ਇੱਕ ਗਿਫਟ ਮਿਲਿਆ ਈਓ ਸਾਹਿਬ ਨੂੰ, ਇੱਦਾਂ ਦੇ ਉਹ ਮਿਲਣਾ ਨਹੀਂ ਕਦੀ ਕਿਤੇ।
ये साढ़े जिन्हें भी नगर कौंसल के जिन्हें भी है कर्मचारी सारे देखो किन्ने हुण नाल आए हुए सारे मेहनत कर लगे बेनतियां कर लगे हुए भी तुसीं जो भी हैगा ये इहनूं चुक लो ता जो इस अपना शहर अपना ही शहर आ और वधिया लगे और सारे जिहड़ा भी इत्थे आवे जावे अल्लाह कहे लै भी शहर बहुत वधिया वा पर चलो असीं लास्ट एक वार्निंग देती इहनां नूं हुण इस तों बाद नहीं जी। सवाल एक जा रहा शहर दे विच। हाँ जी सर की देखो जिथे ना तुसीं रिक्वेस्ट करी जा रहे हो लगातार करी जा रहे हो मेरे ख्याल च कोई तकरीबन 15-16 दिन हो गए या ज़्यादा भी हो सकते हैं पर जो एक रिक्वेस्ट का तरीका चल रहा सारे पास पर एक स्पेशली शैड का ढाणा शहर च वो चर्चा का विषय बनया हुआ भी ये शैड के उत्ते अपना कहें रिक्वेस्ट वाला कहें तरीका क्यों नहीं अपनाया। नहीं देखो गल इदा सी जो असी उन्होंने कहा हमने अपने साढ़े को सामने उन्होंने नाल ही बिल्कुल उन्होंने भी देखो इस वे मौका तुम देख लो उन्होंने इस वे शैड बिल्कुल लत्थी हुई है इस वेले भी तुम मौका देख सकते हैं कोई इदा की गल नहीं हैगी। सर जी सवाल यह है शैड लत्थन का मतलब सवाल यह नहीं है सवाल प्रश्न यह होंगे कि जी ट्रैफिक के बाधा आती है वो है कब्जे। हाँ जी नजायज़ कब्जे है नजायज़ कब्जे रहित करना थोड़ा तो कहें बस स्टैंड तो बाहर तो लैके गौशाला तक। हाँ जी अपना कहें एम सी चौंक डॉक्टर अंबेदकर चौंक से गौशाला तक जिन्ना भी ट्रैफिक का कहें पहले गेट की तुहाडी यह मुहिम है इस मुहिम के मैं कहना कि जे रिक्वेस्ट बेदार तरीका चलता रहा तो एक तो क्यों नहीं चलिया। नहीं सर ये बस सा लास्ट है जी ये शर्मा साहब ये लास्ट है इस बाद कोई समा नहीं दिता जाऊँगा पर जो हूँ असी आ गए बुधवार जिदन भी साढ़े साहब हुक्म करे असी उदन असी आप क्लीयर कर देना।